प्रोग्राम मेरा पिंड मेरे खेत वेखण वाले साढ़े सारे ही दर्शकों का असी बहुत बहुत स्वागत करते हैं। दर्शको जिमें कि तुम जानते हो फल साड़ी जिंदगी दे विच बहुत अहम हिस्सा ने, साड़ी खुराक का महत्वपूर्ण हिस्सा ने। सो जिहड़ी सेहतमंद रहने लई सानू फलों की बहुत जरूरत है। सो इस नाल ही संबंधित अज साडा विशा रहेगा। अज दा साडा विशा है घरेलू बगीची विच फलदार बूटियां की लवाई ते उन्हां दी सांभ संभाल। इस विषय ते साडे नाल गलबात करनगे डॉक्टर हरमिंदर सिंह जी, जो कि पंजाब खेतीबाड़ी यूनिवर्सिटी लुधियाणा विच मुखी फल विज्ञान विभाग वजों अपनियां सेवावां निभा रहे हैं। डॉक्टर साहब तुहाडा बहुत बहुत स्वागत करदे हां प्रोग्राम दे विच। डॉक्टर साहब जिवें कि आपां गलबात करनी है घरेलू बगीची बारे, उहदे विच जिहड़े फलदार बूटे जिहड़े असीं लाउणे आ, सो सब तो पहलां साडे दर्शकां नूं इह दस्सो वी जिहड़ी घरेलू बगीची आ, फलदार बूटे असीं लाउणे नहीं जी, ਉਹਨਾਂ ਦੀ ਸਾਡੀ ਲਾਈਫ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਕੀ ਹੈ ਜੀ? ਰਵਿੰਦਰ ਜੀ, ਆਪਾਂ ਸਾਰੇ ਹੀ ਜਾਣਦੇ ਹਾਂ ਨਿਊਟ੍ਰੀਸ਼ਨ ਪੁਆਇੰਟ ਆਫ ਵਿਊ ਦੇ ਨਾਲ ਫਲ ਅਤੇ ਸਬਜ਼ੀਆਂ ਦਾ ਸੇਵਨ ਸਾਡੇ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਫਲਾਂ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਜਿੰਨੇ ਵਿਟਾਮਿਨਸ ਮਿਨਰਲਸ ਜਿਹੜੇ ਸਾਡੀ ਸਿਹਤ ਵਾਸਤੇ ਜ਼ਰੂਰੀ ਹੈ, ਜਿੰਨੀ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ, ਇਹ ਹੋਰ ਜਿਨਸਾਂ ਦੇ ਵਿੱਚ ਨਹੀਂ ਹੁੰਦੇ। ਇਸੇ ਵਾਸਤੇ ਡਾਕਟਰਾਂ ਵੱਲੋਂ ਵੀ ਇਹ ਸਿਫਾਰਿਸ਼ ਹੈ ਵੀ 100 ਗ੍ਰਾਮ ਫਲ ਔਰ 300 ਗ੍ਰਾਮ ਸਬਜ਼ੀਆਂ ਸਾਨੂੰ ਰੋਜ਼ਾਨਾ ਸਾਡੀ ਡਾਈਟ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ। ਪਰ ਦੂਸਰੇ ਪਾਸੇ ਇਹ ਵੀ ਓਨਾ ਹੀ ਸੱਚ ਹੈ ਵੀ ਜਦੋਂ ਅਸੀਂ ਬਾਜ਼ਾਰ 'ਚ ਸਬਜ਼ੀਆਂ ਜਾਂ ਫਲ ਲੈਣ ਜਾਂਦੇ ਹਾਂ ਤਾਂ ਇਹਨਾਂ ਦੇ ਰੇਟ ਬਹੁਤ ਹੈ, ਬੜੇ ਸਾਨੂੰ ਬੜੀ ਮਹਿੰਗਾਈ ਆ। ਹੁਣ ਜੇ ਫਲ ਅਸੀਂ ਲੈਂਦੇ ਹਾਂ ਤਾਂ 70-80-100 ਰੁਪਏ ਤੋਂ ਨੀਚੇ ਸਾਨੂੰ ਕੋਈ ਫਲ ਨਹੀਂ ਮਿਲਦਾ। ਜਿਸ ਤਰ੍ਹਾਂ ਚਾਹੇ ਤੁਸੀਂ ਅੰਬ ਲੈ ਲਓ, ਸੇਬ ਲੈ ਲਓ, ਲੀਚੀ ਲੈ ਲਓ, ਅਨਾਰ ਲੈ ਲਓ, ਸੋ ਇਹ ਸਾਰੇ ਫਲ ਜਿਹੜੇ ਹੈ ਇਹ ਤੁਹਾਨੂੰ 100 ਜਾਂ 100 ਤੋਂ ਵੱਧ ਰੁਪਏ 'ਤੇ ਸਾਨੂੰ ਮਿਲਦੇ ਆ। ਬਿਲਕੁਲ। ਸੋ ਸਾਡਾ ਜਿਹੜਾ ਹੈ ਬਜਟ ਹਿੱਲ ਜਾਂਦਾ ਜਦੋਂ ਅਸੀਂ ਇੰਨੀ ਮਾਤਰਾ ਦੇ ਵਿੱਚ ਜੇ ਫੈਮਿਲੀ ਵਾਸਤੇ ਜੇ ਰੋਜ਼ਾਨਾ ਹੀ ਇੰਨਾ ਫਰੂਟ ਅਸੀਂ ਬਾਜ਼ਾਰ 'ਚੋਂ ਲੈਂਦੇ ਹਾਂ। ਦੂਸਰਾ ਰਵਿੰਦਰ ਜੀ, ਜਿਹੜਾ ਮੇਨ ਡਰ ਸਾਡੇ ਮਨ 'ਚ ਬੈਠਾ ਨਾ, ਉਹ ਇਹ ਹੈ ਵੀ ਜਿਹੜਾ ਅਸੀਂ ਜਦੋਂ ਬਾਜ਼ਾਰ ਦੇ ਵਿੱਚੋਂ ਅਸੀਂ ਫਲ ਲੈਂਦੇ ਹਾਂ ਤਾਂ ਇਹਨਾਂ ਦੇ ਉੱਪਰ ਬਹੁਤੀਆਂ ਜ਼ਹਿਰਾਂ ਦਾ ਸਪਰੇਆਂ ਇਹਨਾਂ 'ਤੇ ਬਹੁਤ ਹੋਈਆਂ ਹੁੰਦੀਆਂ, ਔਰ ਜਿਹੜਾ ਸਾਨੂੰ ਇਹਦਾ ਪਲੱਸ ਫਾਇਦਾ ਹੋਣ ਦੀ ਬਜਾਏ ਕਈ ਵਾਰੀ ਨੁਕਸਾਨ ਸਾਨੂੰ ਜ਼ਿਆਦਾ ਹੋ ਜਾਂਦਾ ਇਸ ਵਾਸਤੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਯੂਨੀਵਰਸਿਟੀ ਨੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਮਾਡਲ ਦਿੱਤਾ ਹੈ ਜਿਹਨੂੰ ਅਸੀਂ ਨਿਊਟ੍ਰੀਸ਼ਨ ਗਾਰਡਨ ਦਾ ਮਾਡਲ ਜਾਂ ਬਗੀਚੀ ਜਿਹੜੀ ਫਲਦਾਰ ਬੂਟਿਆਂ ਦੀ ਹੈ ਉਹਦਾ ਅਸੀਂ ਮਾਡਲ ਅਸੀਂ ਇਸ ਤਰ੍ਹਾਂ ਦੱਸਿਆ ਹੈ। ਔਰ ਇਹਦੇ ਵਿੱਚ ਇਹ ਹੈ ਵੀ ਅਸੀਂ 25 ਮੀਟਰ ਬਾਈ 25 ਮੀਟਰ ਸਾਨੂੰ ਏਰੀਆ ਚਾਹੀਦਾ, ਯਾਨੀ ਟੋਟਲ 625 ਸਕੁਏਅਰ ਮੀਟਰ ਏਰੀਆ ਚਾਹੀਦਾ, ਜਿਹੜਾ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਸਵਾ ਤਨਾਲ ਏਰੀਆ ਚਾਹੀਦਾ ਸਾਨੂੰ। ਔਰ ਉਹਦੇ ਵਿੱਚ ਅਸੀਂ 20 ਤਰ੍ਹਾਂ ਦੇ ਫਲ ਜਿਹੜੇ ਪੰਜਾਬ ਦੇ ਆਬੋ ਹਵਾ ਦੇ ਵਿੱਚ ਹੋ ਜਾਂਦੇ ਆ ਉਹਨਾਂ ਦੀ ਲਾਉਣ ਦੀ ਸਿਫਾਰਿਸ਼ ਹੈ। ਔਰ ਇਹ 625 ਸਕੁਏਅਰ ਮੀਟਰ ਏਰੀਆ ਦੇ ਵਿੱਚ 40 ਫਲ ਜਿਹੜੇ ਹੈ ਇਹਦੇ ਵਿੱਚ ਲਾਏ ਜਾਂਦੇ ਹਨ। ਔਰ ਇਹ ਸਾਰੇ ਹੀ ਫਲ ਜਿਹੜੇ ਆ ਯੂਨੀਵਰਸਿਟੀ ਵੱਲੋਂ ਇਹਨਾਂ 'ਤੇ ਲਾਉਣ ਦੀ ਸਿਫਾਰਿਸ਼ ਹੈ। ਔਰ ਇਹ ਲਾਉਣ ਦੇ ਨਾਲ ਸਾਨੂੰ ਜਿਹੜੀ ਸਾਡੀ ਰਿਕੁਆਇਰਮੈਂਟ ਹੈ ਸਾਡੀ ਫੈਮਿਲੀ ਦੀ, ਚਾਹੇ ਛੋਟੀ ਫੈਮਿਲੀ ਹੈ ਚਾਹੇ ਵੱਡੀ ਫੈਮਿਲੀ ਹੈ, ਉਹ ਸਾਡੀ ਪੂਰੀ ਹੋ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਜੇ ਮੈਂ ਤੁਹਾਨੂੰ ਦੱਸਾਂ ਵੀ ਜੇ ਜਨਵਰੀ ਮਹੀਨੇ ਤੋਂ ਜੇ ਸਾਲ ਸ਼ੁਰੂ ਹੁੰਦਾ ਵੀ ਜਨਵਰੀ ਫਰਵਰੀ 'ਚ ਪਹਿਲੇ ਸਾਨੂੰ ਸੰਤਰੇ ਮਾਲਟੇ ਦਾ ਫਲ ਆਉਣਾ ਸ਼ੁਰੂ ਹੋ ਜਾਂਦਾ, ਫਿਰ ਉਸ ਤੋਂ ਬਾਅਦ ਬੇਰ ਤਿਆਰ ਹੋ ਜਾਂਦਾ, ਫਿਰ ਲੁਧਾਟ ਤਿਆਰ ਹੋ ਜਾਂਦੀ ਹੈ, ਫਿਰ ਆੜੂ ਤਿਆਰ ਹੋ ਜਾਂਦਾ, ਆਲੂ ਬੁਖਾਰਾ, ਆਲੂਚਾ, ਫਿਰ ਨਾਸ਼ਪਾਤੀ, ਫਿਰ ਅੰਬ, ਫਿਰ ਲੀਚੀ, ਫਿਰ ਅਮਰੂਦ, ਫਿਰ ਡੇਜ਼ੀ ਸੰਤਰਾ। ਸੋ ਇਹ ਸਾਰੇ ਬੂਟੇ ਜਿਹੜੇ ਆ ਇਹ ਸਾਨੂੰ ਜਨਵਰੀ ਤੋਂ ਦਸੰਬਰ ਤੱਕ ਸਾਨੂੰ ਹਮੇਸ਼ਾ ਤੁਹਾਨੂੰ ਮਿਲਦੇ ਰਹਿੰਦੇ ਆ। ਔਰ 9 ਤੋਂ 10 ਕੁਇੰਟਲ ਦੇ ਆਸ ਪਾਸ ਫਰੂਟ ਸਾਨੂੰ ਇਹ ਜਿਹੜਾ ਹੈ ਸਾਲ ਦਾ ਉੱਤਰ ਜਾਂਦਾ ਜੇ ਅਸੀਂ ਬੜੇ ਤਰਤੀਬ ਦੇ ਨਾਲ ਢੰਗ ਤਰੀਕੇ ਦੇ ਨਾਲ ਅਸੀਂ ਇਹ ਬੂਟੇ ਇੰਨੇ ਏਰੀਏ ਦੇ ਵਿੱਚ ਲਾਉਂਦੇ ਹਾਂ। ਸੋ ਸਾਡਾ ਅਸੀਂ ਜਿਹੜਾ ਬਾਜ਼ਾਰ 'ਚੋਂ ਫਰੂਟ ਲੈਂਦੇ, ਦੇਖੋ ਕੁਛ ਫਲ ਤਾਂ ਇਸ ਤਰ੍ਹਾਂ ਦੇ ਹੈ ਜਿਹੜੇ ਪੋਸੀਬਲ ਨਹੀਂ ਹੈ। ਹੁਣ ਜਿਸ ਤਰ੍ਹਾਂ ਸੇਬ ਲੈ ਲਓ, ਚੈਰੀ ਲੈ ਲਓ, ਪਾਈਨਐਪਲ ਲੈ ਲਓ, ਸੋ ਇਸ ਤਰ੍ਹਾਂ ਦੇ ਫਲ ਪੰਜਾਬ ਵਿੱਚ ਨਹੀਂ ਹੁੰਦੇ। ਸੋ ਇਹ ਤਾਂ ਚਲੋ ਅਸੀਂ ਬਾਜ਼ਾਰ 'ਚੋਂ ਲੈਣੇ ਹੀ ਲੈਣੇ ਆ, ਪਰ ਜਿਹੜੇ ਫਲ ਹੁਣ ਜੇ ਅਮਰੂਦ ਹੈ, ਨਿੰਬੂ ਹੈ, ਪਪੀਤਾ ਹੈ, ਇਹ ਫਲ ਜਿਹੜੇ ਪੰਜਾਬ ਦੇ ਵਿੱਚ ਹੋ ਜਾਂਦੇ ਆ, ਅੰਬ ਹੈ, ਸੋ ਇਹ ਵੀ ਜੇ ਅਸੀਂ ਬਾਜ਼ਾਰ 'ਚ ਵਿੱਚੋਂ ਲੈਂਦੇ ਹਾਂ ਤਾਂ ਫਿਰ ਉਹ ਠੀਕ ਨਹੀਂ ਹੈ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਅਸੀਂ ਆਪਣੀ ਬਗੀਚੀ ਲਾਈਏ ਪਿੰਡਾਂ ਦੇ ਵਿੱਚ ਆਪਣੇ ਏਰੀਏ 'ਚ, ਔਰ ਅਸੀਂ ਇਹ ਫਲ ਲਈਏ। ਸੋ ਡਾਕਟਰ ਸਾਹਿਬ ਕਹਿਣ ਦਾ ਮਤਲਬ ਹੈ ਵੀ ਅਸੀਂ ਘਰੇਲੂ ਬਗੀਚੀ ਨੂੰ ਸਾਨੂੰ ਜ਼ਰੂਰ ਅਪਣਾਉਣਾ ਚਾਹੀਦਾ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਜਿਹੜੇ ਫਲ ਹੁੰਦੇ ਨੇ ਵੀ ਜਿਹੜੇ ਸਾਨੂੰ ਤੱਤ ਨੇ ਜਿਹੜੇ ਫਲਾਂ ਤੋਂ ਮਿਲ ਸਕਦੇ ਨੇ ਉਹ ਹੋਰ ਕਿਸੇ ਤੋਂ ਨਹੀਂ ਮਿਲ ਸਕਦੇ, ਅਸੀਂ ਅਨਾਜਾਂ ਤੋਂ ਨਹੀਂ ਲੈ ਸਕਦੇ ਜਾਂ ਹੋਰ ਚੀਜ਼ਾਂ ਤੋਂ ਅਸੀਂ ਨਹੀਂ ਲੈ ਸਕਦੇ, ਇਹ ਜ਼ਰੂਰੀ ਨੇ ਸਾਡੇ ਲਈ। ਸੋ ਘਰੇਲੂ ਬਗੀਚੀ ਜਿਹੜੀ ਸਾਨੂੰ ਬਿਲਕੁਲ ਅਪਣਾਉਣੀ ਚਾਹੀਦੀ ਹੈ। ਸੋ ਡਾਕਟਰ ਸਾਹਿਬ, ਸ਼ੁਰੂਆਤੀ ਜਿਹੜਾ ਆਪਾਂ ਸਟੈਪ ਦੀ ਗੱਲ ਕਰੀਏ, ਬੂਟੇ ਜਦੋਂ ਅਸੀਂ ਲਾਉਣੇ ਆ ਜੀ, ਬਗੀਚੀ ਬਾਰੇ ਅਸੀਂ ਸੋਚ ਲਏ ਸੀ ਬਗੀਚੀ ਲਾਉਣੀ ਹੈ ਜੀ, ਸੋ ਬੂਟੇ ਲਾਉਣ ਵੇਲੇ ਕਿਹੜੀਆਂ ਕਿਹੜੀਆਂ ਜਿਹੜੀਆਂ ਮਹੱਤਵਪੂਰਨ ਗੱਲਾਂ ਨੇ, ਕਿਹੜੀਆਂ ਕਿਹੜੀਆਂ ਜਿਹੜੇ ਨੁਕਤੇ ਨੇ ਉਹਨਾਂ 'ਤੇ ਸਾਨੂੰ ਤਰਜੀਹ ਦੇਣੀ ਚਾਹੀਦੀ, ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈ ਜੀ? ਬਹੁਤ ਜ਼ਰੂਰੀ ਹੈ।
ਜਿਹੜੇ ਫਾਲਤਾਰ ਬੂਟੇ ਮੈਂ ਹੁਣੇ ਦੱਸਿਆ, ਜਿੱਦਾਂ 40 ਦੇ ਆਸ ਪਾਸ ਬੂਟੇ ਅਸੀਂ ਲਾਉਣੇ ਆ। ਸੋ ਇਹ ਬੂਟੇ ਬੜੇ ਤਰ੍ਹਾਂ ਦੇ ਆ, ਕੋਈ ਪੱਤਝੜੀ ਬੂਟੇ ਆ, ਕੋਈ ਸਦਾਬਹਾਰ ਬੂਟੇ ਆ, ਕੋਈ ਬੂਟੇ ਮਧਰੇ ਰਹਿੰਦੇ ਆ, ਕਈ ਬੂਟੇ ਬਹੁਤੇ ਉੱਚੇ ਹੋ ਜਾਂਦੇ ਆ। ਸੋ ਉਹਦੀ ਜਿਹੜੀ ਪ੍ਰੋਪਰ ਪਲੈਨਿੰਗ ਜਿਹੜੀ ਆ ਉਹਦੇ ਨਾਲ ਜੇ ਅਸੀਂ ਲਾਉਂਦੇ ਹਾਂ ਤਾਂ ਫਿਰ ਬੂਟੇ ਸਾਨੂੰ ਲੰਬੇ ਸਮੇਂ 'ਤੇ ਵਧੀਆ ਫਲ ਵੀ ਦਿੰਦੇ ਹੈ ਅਤੇ ਕੁਆਲਿਟੀ ਵੀ ਵਧੀਆ ਰਹਿੰਦੀ। ਹੁਣ ਜਿੱਦਾਂ ਮਿਸਾਲ ਦੇ ਤੌਰ 'ਤੇ ਮੈਂ ਦੱਸਾਂ ਵੀ ਇਹ ਜਿਹੜੇ 40 ਜਾਂ 42 ਬੂਟੇ ਅਸੀਂ ਇਹਨੇ ਏਰੀਏ ਦੇ ਵਿੱਚ ਲਾਉਣੇ ਆ, ਸੋ ਇਹ ਦੋ ਤਰ੍ਹਾਂ ਦੇ ਬੂਟੇ ਆ। ਕੁਛ ਬੂਟੇ ਉਹ ਹੈ ਜਿਹੜੇ ਸਦਾਬਹਾਰ ਬੂਟੇ ਹੈ, ਥੋੜ੍ਹੇ ਬੂਟੇ ਉਹ ਹਨ ਜਿਹੜੇ ਪੱਤਝੜੀ ਹੈ। ਹੁਣ ਜੇ ਅਸੀਂ ਸਦਾਬਹਾਰ ਦੇ ਪੱਤਝੜੀ ਨੂੰ ਮਿਥ ਲਾ ਦਿੰਦੇ ਹਾਂ ਬੂਟਿਆਂ ਨੂੰ ਤਾਂ ਫਿਰ ਉਹ ਬੂਟਾ ਸਾਡਾ ਸਹੀ ਨਹੀਂ ਚੱਲਦਾ। ਸੋ ਸਦਾਬਹਾਰ ਬੂਟੇ ਇੱਕ ਸਾਈਡ 'ਤੇ ਲਾਉਣੇ ਆ, ਜਿਹੜੇ ਪੱਤਝੜੀ ਵਾਲੇ ਬੂਟੇ ਜਿਹੜੇ ਉਹ ਅਸੀਂ ਦੂਸਰੀ ਸਾਈਡ 'ਤੇ ਲਾਉਣੇ ਆ। ਇਸੇ ਤਰ੍ਹਾਂ ਹੀ ਹੁਣ ਜੇ ਉੱਤਰ ਵਾਲੇ ਪਾਸੇ ਲੈਂਦੇ ਹਾਂ ਤਾਂ ਉਹ ਬੂਟੇ ਲਾਉਣੇ ਚਾਹੀਦੇ ਆ ਜਿਨ੍ਹਾਂ ਦੇ ਜ਼ਿਆਦਾ ਵੱਡੇ ਹੋ ਜਾਂਦੇ, ਜਿਸ ਤਰ੍ਹਾਂ ਹੁਣ ਅੰਬ ਦਾ ਬੂਟਾ ਹੈ, ਜਾਮਣ ਹੈ, ਲੀਚੀ ਹੈ, ਇਹ ਬੂਟੇ ਬਹੁਤ ਵੱਡੇ ਹੋ ਜਾਂਦੇ, ਉੱਚੇ ਬਹੁਤ ਹੋ ਜਾਂਦੇ ਆ। ਜੇ ਇਹਨਾਂ ਨੂੰ ਅਸੀਂ ਸਹੀ ਤਰ੍ਹਾਂ ਦਾ ਨਹੀਂ ਲਾਉਂਦੇ ਤਾਂ ਇਹਨਾਂ ਦਾ ਸ਼ੌਰਾ ਆ ਜਾਣਾ ਦੂਸਰੇ ਬੂਟਿਆਂ 'ਤੇ ਅਤੇ ਉਹ ਬੂਟੇ ਦੂਸਰੇ ਬੂਟਿਆਂ ਨੂੰ ਇਹਨਾਂ ਨੇ ਵਧਣ ਨਹੀਂ ਦੇਣਾ। ਸੋ ਇਹਨਾਂ ਨੂੰ ਉੱਤਰ ਵਾਲੇ ਪਾਸੇ ਲਾਓ। ਜੇ ਸੈਂਟਰ ਦੇ ਵਿੱਚ ਵਿਚਾਲੇ ਲਾਉਣੇ ਆ ਤਾਂ ਵਿਚਾਲੇ ਉਹ ਬੂਟੇ ਲਾਓ ਜਿਹੜੇ ਬਹੁਤ ਜ਼ਿਆਦਾ ਉੱਚੇ ਨਹੀਂ ਹੁੰਦੇ, ਜਿਸ ਤਰ੍ਹਾਂ ਨਿੰਬੂ ਹੈ, ਅਮਰੂਦ ਹੈ, ਅਨਾਰ ਹੈ। ਸੋ ਇਸ ਤਰ੍ਹਾਂ ਦੇ ਬੂਟੇ ਜਿਹੜੇ ਆ ਇਹਨਾਂ ਨੂੰ ਸੈਂਟਰ 'ਚ ਲਾਇਆ ਜਾਵੇ। ਇਸੇ ਤਰ੍ਹਾਂ ਹੀ ਜਿਹੜੇ ਸਾਊਥ ਈਸਟ ਹੈ, ਦੱਖਣ ਪੂਰਬ ਵਾਲਾ ਜਿਹੜਾ ਸਾਡਾ ਪਾਸਾ ਹੈ, ਉੱਥੇ ਅਸੀਂ ਪੱਤਝੜੀ ਬੂਟੇ ਜਿਨ੍ਹਾਂ ਦੇ ਵਿੱਚ ਆੜੂ, ਆਲੂ ਬੁਖਾਰਾ, ਨਾਸ਼ਪਾਤੀ, ਇਹ ਬੂਟੇ ਉਸ ਪਾਸੇ ਲਾਏ ਜਾਂਦੇ। ਇਸ ਤਰ੍ਹਾਂ ਹੀ ਬਾਉਂਡਰੀ ਦੇ ਉੱਪਰ ਬੂਟੇ ਜਿਹੜੇ ਲਾਉਣੇ ਆ ਉਹ ਜਿਹੜੇ ਮਧਰੇ ਰਹਿੰਦੇ ਆ ਬੂਟੇ, ਜਿਸ ਤਰ੍ਹਾਂ ਫਾਲਸਾ ਹੋ ਗਿਆ, ਤਰੌਂਦਾ ਹੋ ਗਿਆ, ਪਪੀਤਾ ਹੋਇਆ। ਸੋ ਇਸ ਤਰ੍ਹਾਂ ਦੇ ਬੂਟੇ ਜਿਹੜੇ ਆ ਉਹ ਆਲੇ ਦੁਆਲੇ ਬਾਉਂਡਰੀ 'ਤੇ ਲਾਉਣੇ। ਸੋ ਇਹ ਜਿਹੜੀ ਹੈ ਤਰਤੀਬ ਜਿਹੜੀ ਹੈ ਪਲੈਨਿੰਗ ਦੇ ਨਾਲ ਬੂਟੇ ਜੇ ਅਸੀਂ ਲਾਉਂਦੇ ਹਾਂ ਤਾਂ ਸਾਡੇ ਬੂਟੇ ਵੀ ਲੰਬੇ ਸਮੇਂ 'ਤੇ ਚੱਲਦੇ ਆ ਔਰ ਸਾਨੂੰ ਵਧੀਆ ਕੁਆਲਿਟੀ ਦਾ ਫਲ ਵੀ ਮਿਲਦਾ ਹੈ। ਸੋ ਇਹਦੀ ਸਾਰੀ ਤਰਤੀਬ ਜਿਹੜੀ ਹੈ ਡਿਜ਼ਾਈਨ ਸਾਡੇ ਪਾਸ ਇੱਥੇ ਯੂਨੀਵਰਸਿਟੀ 'ਚ ਬਣਿਆ ਹੋਇਆ। ਫਾਰਮਰ ਜ਼ਿਮੀਂਦਾਰ ਸਾਡੇ ਪਾਸ ਆਉਂਦੇ ਆ, ਅਸੀਂ ਉਹਨਾਂ ਨੂੰ ਦੱਸਦੇ ਵੀ ਹਾਂ, ਮੇਲਿਆਂ 'ਤੇ ਵੀ ਦੱਸਦੇ ਹਾਂ, ਟ੍ਰੇਨਿੰਗ ਜਿਹੜੇ ਸੈਮੀਨਾਰਸ ਹੁੰਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਦੱਸਦੇ ਹਾਂ। ਇਹ ਸਾਡਾ ਲਿਟਰੇਚਰ ਵੀ ਬਣਿਆ ਹੋਇਆ, ਅਸੀਂ ਇਹ ਲਿਟਰੇਚਰ ਵੀ ਉਹਨਾਂ ਨੂੰ ਉਹ ਫ੍ਰੀ ਵੰਡਦੇ ਹਾਂ। ਡਾਕਟਰ ਸਾਹਿਬ, ਇਹ ਤੁਸੀਂ ਦੱਸਿਆ ਵੀ ਤਰਤੀਬ ਜਿਹੜੀ ਕਿਸ ਤਰਤੀਬ ਨਾਲ ਅਸੀਂ ਬੂਟੇ ਲਾਉਣੇ ਆ। ਕੁਛ ਬੂਟੇ ਜਿਹੜੇ ਹੁੰਦੇ ਨੇ ਉਹਨਾਂ ਦਾ ਵੱਡੇ ਹੁੰਦੇ ਨੇ, ਕੁਛ ਕੁਛ ਦਾ ਫੈਲਾਅ ਜ਼ਿਆਦਾ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੇ ਬੂਟੇ ਅਸੀਂ ਲਾ ਸਕਦੇ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਯੂਨੀਵਰਸਿਟੀ ਤੋਂ ਗਾਈਡੈਂਸ ਲੈ ਕੇ ਅਸੀਂ ਆਪਣੀ ਬਹੁਤ ਵਧੀਆ ਬਗੀਚੀ ਤਿਆਰ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ, ਅਲੱਗ ਅਲੱਗ ਜਿਹੜੇ ਬੂਟੇ ਹੁੰਦੇ ਨੇ ਜੀ, ਉਹਨਾਂ ਦਾ ਲਾਉਣ ਦਾ ਵੀ ਜਿਹੜਾ ਸਮਾਂ ਵੀ ਅਲੱਗ ਅਲੱਗ ਹੁੰਦਾ ਹੈ। ਸੋ ਤਰਤੀਬ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਅਤੇ ਸਮੇਂ ਬਾਰੇ ਵੀ ਕਦੋਂ ਅਸੀਂ ਬੂਟੇ ਲਾਈਏ, ਕਿਹੜੇ ਕਿਹੜੇ ਬੂਟੇ ਲਾਈਏ, ਅਤੇ ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੈਂ ਹੁਣੇ ਜਿਸ ਤਰ੍ਹਾਂ ਦੱਸਿਆ, ਫਲਦਾਰ ਬੂਟੇ ਮੋਟੇ ਤੌਰ 'ਤੇ ਦੋ ਤਰ੍ਹਾਂ ਦੇ ਆ, ਸਦਾਬਹਾਰ ਅਤੇ ਪੱਤਝੜੀ। ਜਿਹੜੇ ਸਦਾਬਹਾਰ ਬੂਟੇ ਆ, ਜਿਸ ਤਰ੍ਹਾਂ ਨਿੰਬੂ ਜਾਤੀ ਦੇ ਫਲ ਜਿਹਦੇ ਵਿੱਚ ਸੰਤਰਾ, ਮਾਲਟਾ, ਨਿੰਬੂ, ਗ੍ਰੇਪ ਫਰੂਟ ਆਦਿ ਆ ਜਾਂਦੇ ਆ। ਇਸ ਤੋਂ ਇਲਾਵਾ ਅੰਬ ਹੈ, ਲੀਚੀ ਹੈ, ਪਪੀਤਾ ਹੈ, ਬੇਰ ਹੈ, ਔਲਾ ਹੈ। ਇਹ ਸਾਰੇ ਜਿਹੜੇ ਸਦਾਬਹਾਰ ਫਲਦਾਰ ਬੂਟੇ ਆ, ਇਹਨਾਂ ਦੇ ਦੋ ਟਾਈਮਾਂ ਲਾਉਣ ਦੇ। ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ ਅੱਧ ਜੁਲਾਈ ਤੋਂ ਬਾਅਦ, ਅਤੇ ਆ ਜਿਹੜਾ ਹੁਣ ਅਦਸ ਚੱਲਦਾ ਸਤੰਬਰ ਜਾਂ ਅਕਤੂਬਰ ਮਹੀਨਾ, ਵੀ ਠੰਡ ਦੇ ਆਉਣ ਤੋਂ ਪਹਿਲੇ ਪਹਿਲੇ ਲਾ ਲਓ ਬੂਟੇ। ਜੇ ਹੁਣ ਨਹੀਂ ਲਾ ਸਕਦੇ, ਪੈਲੀ ਵਿਹਲੀ ਨਹੀਂ ਆ, ਜ਼ਮੀਨ ਤਿਆਰ ਨਹੀਂ ਆ, ਤਾਂ ਫਿਰ ਆਪਾਂ ਫਰਵਰੀ ਜਦੋਂ ਠੰਡ ਚਲੇ ਜਾਂਦੀ ਆ 15 ਫਰਵਰੀ ਤੋਂ ਬਾਅਦ ਉਸ ਵੇਲੇ ਲਾ ਲਓ, ਅਤੇ ਮਾਰਚ ਉਹ ਡੇਢ ਮਹੀਨਾ ਉਹ ਹੁੰਦਾ ਸਾਡੇ ਪਾਸ ਬੂਟੇ ਲਾਉਣ ਦਾ। ਜੇ ਸਾਡੇ ਪਾਸ ਇਹ ਦੋ ਟਾਈਮ ਹੈ ਜਿਹੜੇ ਸਦਾਬਹਾਰ ਫਲਦਾਰ ਬੂਟੇ ਲਾਉਣ ਦੇ ਆ। ਜੇ ਅਸੀਂ ਪੱਤਝੜੀ ਬੂਟੇ ਲਾਉਣੇ ਆ ਤਾਂ ਉਹ ਸਾਡੇ ਪਾਸ ਸਿਰਫ ਜਨਵਰੀ ਮਹੀਨਾ ਹੀ ਆ। ਸੋ ਉਹ ਉਸੇ ਟਾਈਮ 'ਤੇ ਲਾਉਣੇ ਆ ਜਦੋਂ ਉਹਨਾਂ ਦਾ ਪੱਤਾ ਝੜਿਆ ਹੋਵੇ, ਔਰ ਜਨਵਰੀ ਮਹੀਨਾ ਚਾਹੇ ਉਹ ਅਨਾਰ ਦਾ ਬੂਟਾ ਲਾਉਣਾ ਹੈ, ਚਾਹੇ ਆੜੂ ਹੈ, ਨਾਸ਼ਪਾਤੀ ਹੈ, ਆਲੂ ਬੁਖਾਰਾ ਹੈ, ਅੰਜੀਰ ਹੈ, ਇਹ ਸਿਰਫ ਸਾਨੂੰ ਅਸੀਂ ਜਨਵਰੀ ਮਹੀਨੇ ਵਿੱਚ ਹੀ ਲਾਉਂਦੇ ਹਾਂ। ਸੋ ਮੋਟੇ ਤੌਰ 'ਤੇ ਦੋ ਸਾਡੇ ਪਾਸ ਸੀਜ਼ਨ ਹੈ ਬੂਟੇ ਲਾਉਣ ਦੇ। ਸੋ ਡਾਕਟਰ ਸਾਹਿਬ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਕੁਛ ਬੂਟੇ ਜਿਹੜੇ ਵੱਡੇ ਕੱਦ ਦੇ ਹੁੰਦੇ ਨੇ, ਵੱਧ ਫੈਲਾਅ ਵਾਲੇ ਹੁੰਦੇ ਨੇ, ਕੁਛ ਬੂਟੇ ਜਿਹੜੇ ਉਹ ਛੋਟੇ ਹੁੰਦੇ ਨੇ, ਸੋ ਇਸ ਤਰ੍ਹਾਂ ਇਹਨਾਂ ਦੇ ਸਾਈਜ਼ ਦਾ ਵੀ ਫਰਕ ਪੈਂਦਾ। ਸੋ ਇਸ ਨਾਲ ਲਾਉਣ ਦਾ ਜਿਹੜਾ ਢੰਗ ਹੁੰਦਾ ਹੈ ਉਸ 'ਤੇ ਵੀ ਡਾਕਟਰ ਸਾਹਿਬ ਕੋਈ ਫਰਕ ਪੈਂਦਾ ਜੀ? ਸਭ ਤੋਂ ਪਹਿਲੇ ਤਾਂ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਵੀ ਜਦੋਂ ਆਪਾਂ ਫਲਦਾਰ ਬੂਟੇ ਲਾਉਂਦੇ ਹਾਂ, ਦੇਖੋ ਇਹਨਾਂ ਨੇ ਬੜੇ ਲੰਬੇ ਸਮੇਂ 'ਤੇ ਸਾਨੂੰ ਫਲ ਦੇਣਾ ਹੈ। ਜੇ ਹੁਣ ਅੰਬ ਹੈ, ਨਾਸ਼ਪਾਤੀ ਹੈ, ਲੀਚੀ ਹੈ, ਬੜੀ ਉਮਰ ਆ ਇਹਨਾਂ ਦੀ, 40-40, 50-60 ਸਾਲ ਉਮਰ ਹੈ। ਸੋ ਇਸ ਵਾਸਤੇ ਲਾਉਣ ਵੇਲੇ ਉਸ ਵੇਲੇ ਤੋਂ ਢਿੱਲ ਨਹੀਂ ਵਰਤਣੀ ਚਾਹੀਦੀ। ਆਮ ਤੌਰ 'ਤੇ ਜੋ ਆਮ ਵੇਖਣ 'ਚ ਆਇਆ ਵੀ ਇਹ ਜਿਹੜੇ ਬੂਟਾ ਨਰਸਰੀ 'ਚੋਂ ਲੈ ਆਉਂਦੇ ਆ, ਵਧੀਆ ਨਰਸਰੀ 'ਚੋਂ ਲਿਆਉਂਦੇ ਵੀ ਆ, ਪਰ ਲਾਉਣ ਵੇਲੇ ਬਸ ਉਹ ਰੰਬੇ ਦੇ ਨਾਲ ਛੋਟਾ ਜਿਹਾ ਟੋਆ ਬਣਾ ਕੇ ਤਾਂ ਉਹਦੇ ਵਿੱਚ ਅਸੀਂ ਬੂਟੇ ਲਾ ਲੈਂਦੇ ਹਾਂ। ਸੋ ਮੇਰਾ ਭਾਵ ਇਹ ਆ ਦੱਸਣ ਦਾ ਵੀ ਆਪਾਂ ਜਦੋਂ ਇਹ ਬੂਟੇ ਲਾਉਣੇ ਆ, ਪ੍ਰੋਪਰ ਟੋਆ ਜਿਹੜਾ 3 ਫੁੱਟ ਚੌੜਾ ਅਤੇ 3 ਫੁੱਟ ਡੂੰਘਾ ਹੋਣਾ ਚਾਹੀਦਾ, ਉਹ ਪੱਟਣਾ ਬੜਾ ਜ਼ਰੂਰੀ ਹੈ।
ਉਹ ਜਿਹੜੀ ਹੈ ਇੱਕ ਨਿਊ ਜਿਹੜੀ ਹੁੰਦੀ ਹੈ, ਜਿੱਦਾਂ ਆਪਾਂ ਫਾਊਂਡੇਸ਼ਨ ਦਿੰਦੇ ਹਾਂ, ਆਪਾਂ ਇਮਾਰਤ ਬਣਾਉਂਦੇ ਹਾਂ, ਬਿਲਡਿੰਗ ਬਣਾਉਂਦੇ ਹਾਂ, ਉਹਦੀ ਪਹਿਲੇ ਨਿਊ ਭਰਦੇ ਹਾਂ ਉਹਦੀ। ਬਿਲਕੁਲ। ਸੋ ਇਹ ਜਦੋਂ ਅਸੀਂ ਪ੍ਰੋਪਰ ਟੋਆ ਪੱਟਦੇ ਹਾਂ, 3 ਫੁੱਟ ਚੌੜਾ, 3 ਫੁੱਟ ਡੂੰਘਾ, ਔਰ ਉੱਪਰਲੇ ਜਿਹੜੇ ਫੁੱਟ ਵਾਲੀ ਮਿੱਟੀ ਆ ਉਹ ਅਸੀਂ ਪਾਸੇ ਰੱਖ ਲੈਣੀ, ਉਸ ਮਿੱਟੀ ਨੂੰ ਵਰਤਣਾ ਹੈ, ਉਹ ਜ਼ਿਆਦਾ ਉਪਜਾਊ ਹੁੰਦੀ ਹੈ। ਜਿਹੜੀ ਹੇਠਲੀ ਮਿੱਟੀ ਆ ਉਹ ਅਸੀਂ ਖਿਲਾਰ ਦੇਣੀ ਹੁੰਦੀ ਆ, ਔਰ ਉਸ ਮਿੱਟੀ ਦੇ ਵਿੱਚ ਦੇਸੀ ਰੂੜੀ ਜਾਂ ਵਰਮੀ ਕੰਪੋਸਟ ਇਹ ਪਾਉਣ ਤੋਂ ਬਾਅਦ ਫਿਰ ਦੁਬਾਰਾ ਟੋਏ ਨੂੰ ਭਰ ਦੇਣਾ ਚਾਹੀਦਾ, ਔਰ ਫਿਰ ਇਹਦੇ ਵਿੱਚ ਬੂਟਾ ਲਾਉਣਾ ਚਾਹੀਦਾ। ਜਦੋਂ ਅਸੀਂ ਇਸ ਤਰ੍ਹਾਂ ਬੂਟਾ ਲਾਉਂਦੇ ਹਾਂ ਅਤੇ ਬੂਟਾ ਜਿਹੜੀ ਬਾਹਰੋਂ ਨਰਸਰੀ 'ਚੋਂ ਆਇਆ ਹੁੰਦਾ ਉਹ ਸਾਡਾ ਬੜੀ ਤੇਜ਼ੀ ਦੇ ਨਾਲ ਵੱਧਦਾ ਹੈ, ਉਹਦੇ ਮਰਨ ਦੇ ਚਾਂਸ ਘੱਟ ਜਾਂਦੇ ਹਨ, ਕਿਉਂਕਿ ਜਦੋਂ ਬੂਟੇ ਦੇ ਵਿੱਚ 2 ਤਰ੍ਹਾਂ ਦੀਆਂ ਜੜ੍ਹਾਂ ਹੁੰਦੀਆਂ, ਇੱਕ ਮੋਟੀਆਂ ਜੜ੍ਹਾਂ ਹੁੰਦੀਆਂ, ਦੂਸਰੀਆਂ ਬਰੀਕ ਜੜ੍ਹਾਂ ਹੁੰਦੀਆਂ। ਸੋ ਜੇ ਹਾਰਡ ਹੋਵੇ, ਅਸੀਂ ਟੋਆ ਨਾ ਪੱਟਿਆ ਹੋਵੇ, ਤਾਂ ਫਿਰ ਉਹ ਬਰੀਕ ਜੜ੍ਹਾਂ ਜਿਹੜੀਆਂ ਹੈ ਉਹ ਪ੍ਰੋਪਰਲੀ ਉਹਦੇ ਵਿੱਚ ਚੱਲਦੀਆਂ ਨਹੀਂ ਤੁਰੇ। ਸੋ ਇਸ ਵਾਸਤੇ ਟੋਆ ਪੱਟਣਾ ਜਿਹੜਾ ਹੈ, ਟੋਆ ਪੱਟ ਕੇ ਬੂਟਾ ਲਾਉਣਾ ਉਹ ਬਹੁਤ ਜ਼ਰੂਰੀ ਹੈ, ਔਰ ਉਹਦੇ ਵਿੱਚ ਫਿਰ ਜੇ ਸਿਉਂਕ ਦੀ ਜੇ ਸਮੱਸਿਆ ਜ਼ਿਆਦਾ ਹੈ ਤਾਂ ਉਹ ਸਿਉਂਕ ਵਾਲੀ ਦਵਾਈ ਪਾ ਲੈਣੀ ਚਾਹੀਦੀ ਹੈ। ਜੇ ਪੀਐਚ ਜ਼ਿਆਦਾ ਹੈ ਤਾਂ ਪੀਐਚ ਵਾਸਤੇ ਅਸੀਂ ਉਹਦੇ ਵਿੱਚ ਜਿਪਸਮ ਥੋੜ੍ਹੀ ਬਹੁਤੀ ਪਾ ਸਕਦੇ ਹਾਂ। ਸੋ ਇਸ ਤਰ੍ਹਾਂ ਜਿਹੜੀ ਹੈ ਉਹ ਟੋਆ ਪੱਟਣ ਤੋਂ ਪਹਿਲੇ ਵੀ ਜਿਹੜੀ ਮਿੱਟੀ ਦੀ ਜਿਹੜੀ ਟੈਸਟ ਕਰਾਉਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਸੋ ਮਿੱਟੀ ਟੈਸਟ ਕਰਾਉਣ ਤੋਂ ਬਾਅਦ ਸਾਨੂੰ ਉਹ ਪਤਾ ਚੱਲ ਜਾਂਦਾ ਹੈ ਵੀ ਇਹ ਜਿਹੜੀ ਸਾਡੀ ਮਿੱਟੀ ਉਪਜਾਊ ਹੈ, ਕਿਸ ਤਰ੍ਹਾਂ ਦੇ ਇਹਦੇ ਵਿੱਚ ਤੱਤ ਹੈ, ਜਿਹੜੇ ਤੱਤ ਜੇ ਘੱਟ ਹੋਣ ਉਹ ਤੱਤ ਵੱਧ ਵੀ ਪਾਏ ਜਾ ਸਕਦੇ ਹੈ। ਇਸੇ ਤਰ੍ਹਾਂ ਹੀ ਜੇ ਪਾਣੀ ਹੈ, ਜੇ ਸਾਡਾ ਜਿਹੜਾ ਇੱਧਰਲਾ ਜਿਹੜਾ ਏਰੀਆ ਹੈ ਸਾਡਾ ਸਾਊਥ ਵੈਸਟਰਨ ਡਿਸਟ੍ਰਿਕਟ ਹੈ ਪੰਜਾਬ ਦਾ, ਉੱਥੇ ਪਾਣੀ ਵੀ ਸਾਡਾ ਜਿਹੜਾ ਹੈ ਫਿੱਟ ਨਹੀਂ ਹੈ ਬੂਟਿਆਂ ਨੂੰ ਲਾਉਣ ਵਾਸਤੇ, ਸੋ ਉਹ ਪਾਣੀ ਵੀ ਟੈਸਟ ਕਰਵਾ ਲੈਣਾ ਚਾਹੀਦਾ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਮੇਨ ਹੈ ਜਿਹੜੇ ਲਾਉਣ ਤੋਂ ਪਹਿਲੇ, ਬੂਟੇ ਲਾਉਣ ਤੋਂ ਪਹਿਲੇ ਸਾਨੂੰ ਧਿਆਨ ਦੇਣਾ ਚਾਹੀਦਾ। ਸੋ ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਦੱਸਿਆ ਵੀ ਸ਼ੁਰੂਆਤੀ ਜਿਹੜੋ ਜਿਹੜੀਆਂ ਇਹ ਲਾਉਣ ਵੇਲੇ ਅਸੀਂ ਗੱਲਾਂ ਜਿਹੜਾ ਧਿਆਨ ਰੱਖਣ ਦੀ ਲੋੜ ਆ, ਕਿਉਂਕਿ ਡਾਕਟਰ ਸਾਹਿਬ ਦੱਸ ਰਹੇ ਨੇ ਵੀ ਇਹਨਾਂ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ, ਬਹੁਤ ਸਮੇਂ ਬਾਅਦ ਇਹਨਾਂ ਨੇ ਰਹਿਣਾ ਹੁੰਦਾ, ਬਹੁਤ ਸਾਰਾ ਲੰਬਾ ਸਮਾਂ ਸਾਨੂੰ ਇਹਨਾਂ ਨੇ ਫਲ ਦੇਣਾ ਹੁੰਦਾ। ਸੋ ਜੇ ਅਸੀਂ ਇਹਨਾਂ ਨੂੰ ਜਿਹੜੀ ਬਿਜਾਈ ਸਹੀ ਤਰੀਕੇ ਨਾਲ ਨਾ ਕਰਾਂਗੇ, ਇਹਨਾਂ ਨੂੰ ਲਵਾਈ ਜਿਹੜੀ ਕਹਿ ਸਕਦੇ ਹਾਂ ਸਹੀ ਤਰੀਕੇ ਨਾਲ ਨਾ ਕੀਤੀ ਜਾਏਗੀ, ਤਾਂ ਇਹ ਫਲ ਵੀ ਇਸ ਬਿਲਕੁਲ ਇਸ ਚੀਜ਼ ਦਾ ਪ੍ਰਭਾਵ ਜਿਹੜਾ ਸਾਡੇ ਫਲ 'ਤੇ ਵੀ ਪਏਗਾ, ਸਾਡੇ ਬੂਟੇ 'ਤੇ ਵੀ ਪਏਗਾ। ਸੋ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਨਰਸਰੀ ਦੀ, ਸੋ ਅੱਜ ਕੱਲ੍ਹ ਇਹ ਰੁਝਾਨ ਆ ਵੀ ਸਾਡੇ ਕਿਸਾਨ ਵੀਰ ਨਰਸਰੀਆਂ ਤੋਂ ਜਿਹੜੇ ਬੂਟੇ ਲਿਆ ਕੇ ਉਹ ਲਾ ਲੈਂਦੇ ਨੇ ਜੀ, ਸੋ ਇਸ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਜਾਗਰੂਕ ਕਰੋ ਜੀ, ਉਹਨਾਂ ਨੂੰ ਬੂਟੇ ਕਿੱਥੋਂ ਲੈਣੇ ਚਾਹੀਦੇ ਨੇ ਅਤੇ ਜਦੋਂ ਬੂਟੇ ਲੈਣੇ ਨੇ ਅਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ, ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਜਿਹੜਾ ਮਾੜਾ ਬੂਟਾ ਨਾਲ ਲਾ ਕੇ ਆਪਣੇ ਖੇਤ ਦੇ ਵਿੱਚ ਨਾ ਲਾਉਣ ਜੀ। ਇਹ ਫਲਦਾਰ ਬੂਟਿਆਂ ਦਾ ਜਾਂ ਜਿਹੜੀਆਂ ਹੋਰ ਦੂਸਰੀਆਂ ਫਸਲਾਂ ਦਾ ਡਿਫਰੈਂਸ ਇਹ ਹੈ ਵੀ ਜੇ ਸਾਨੂੰ ਕੋਈ ਮਾੜਾ ਬੀਜ ਮਿਲ ਜਾਂਦਾ ਹੈ, ਕੋਈ ਸਰ੍ਹੋਂ ਦਾ ਬੀਜ ਮਾੜਾ ਮਿਲਦਾ, ਕੋਈ ਦਾਲਾਂ ਦਾ ਸਬਜ਼ੀ ਮਤਲਬ ਸਾਨੂੰ ਮਾੜਾ ਬੀਜ ਮਿਲਿਆ, ਜਾਂ ਈਵਨ ਸਬਜ਼ੀ ਦਾ ਵੀ ਕੋਈ ਮਾੜਾ ਬੀਜ ਮਿਲਿਆ, ਅਤੇ ਸਾਡਾ ਜਿਹੜਾ ਨੁਕਸਾਨ ਹੈ ਨਾ ਉਹ 2-4-6 ਮਹੀਨੇ ਦਾ ਤੋਂ ਜ਼ਿਆਦਾ ਨਹੀਂ ਹੈ। 6 ਮਹੀਨੇ ਦੇ ਵਿੱਚ ਫਸਲ ਵੱਢੀ ਜਾਂਦੀ ਹੈ, ਫਿਰ ਸਾਨੂੰ ਪਤਾ ਚੱਲ ਜਾਂਦਾ ਅਸੀਂ ਫਿਰ ਆਉਂਦੇ ਵਾਰ ਤੋਂ ਅਸੀਂ ਉਹ ਬੀਜ ਨਹੀਂ ਲੈਂਦੇ। ਬਿਲਕੁਲ। ਪਰ ਜਿਹੜੇ ਫਲਦਾਰ ਬੂਟੇ ਆ ਇਹ ਤਾਂ ਸ਼ੁਰੂ ਹੀ 3-4 ਸਾਲ ਤੋਂ ਬਾਅਦ ਹੁੰਦੇ ਆ ਜੀ। ਸੋ ਇਸ ਵਾਸਤੇ ਜੇ ਅਸੀਂ ਮਾੜਾ ਬੂਟਾ ਪਹਿਲੇ ਲਾ ਲਿਆ ਅਤੇ ਮਾੜੀ ਨਰਸਰੀ ਤੋਂ ਲੈ ਲਿਆ ਬੂਟਾ, ਅਤੇ ਉਹਦਾ ਸਾਨੂੰ ਉਸ ਵੇਲੇ ਤਾਂ ਰਿਜ਼ਲਟ ਨਹੀਂ ਮਿਲਣਾ, ਰਿਜ਼ਲਟ ਤਾਂ ਸਾਨੂੰ ਮਿਲਣਾ 4 ਸਾਲ ਬਾਅਦ ਜਦੋਂ ਉਹਨੂੰ ਫਲ ਆਉਣਾ, ਔਰ ਉਸ ਵੇਲੇ ਸਾਨੂੰ ਬੜਾ ਅਫਸੋਸ ਹੁੰਦਾ ਵੀ ਜਿਹੜੇ ਅਸੀਂ ਬੂਟਾ ਜਿਹੜੀ ਨਸਲ ਦਾ ਚਾਹੁੰਦੇ ਸੀ ਉਸ ਨਸਲ ਦਾ ਉਹਨੂੰ ਫਲ ਨਹੀਂ ਆ ਰਿਹਾ, ਉਹ ਕੁਆਲਿਟੀ ਸਾਨੂੰ ਵਧੀਆ ਨਹੀਂ ਮਿਲ ਰਹੀ। ਬਿਲਕੁਲ। ਸੋ ਇਸ ਵਾਸਤੇ ਯੂਨੀਵਰਸਿਟੀ ਵੱਲੋਂ ਸਾਰੇ ਵੱਧ ਵੱਧ ਜ਼ਿਲ੍ਹਿਆਂ ਦੇ ਵਿੱਚ 9 ਨਰਸਰੀਆਂ ਹੈ ਜਿੱਥੇ ਅਸੀਂ ਫਲਦਾਰ ਬੂਟੇ ਬਣਾਉਂਦੇ ਹਾਂ ਜੀ। ਸਭ ਤੋਂ ਵੱਡੀ ਨਰਸਰੀ ਤਾਂ ਹੈ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਜਿੱਥੇ ਅਸੀਂ ਹਰ ਤਰ੍ਹਾਂ ਦੇ ਬੂਟੇ ਬਣਾਉਂਦੇ ਹਾਂ, ਔਰ ਜੇ ਜ਼ਿਮੀਂਦਾਰ ਇੱਥੇ ਆ ਜਾਂਦੇ ਆ ਤਾਂ ਇਹਨਾਂ ਨੂੰ ਅਸੀਂ ਹਰ ਤਰ੍ਹਾਂ ਦੇ ਬੂਟੇ ਇੱਥੋਂ ਮਿਲ ਜਾਂਦੇ ਹਾਂ। ਇਸ ਤੋਂ ਇਲਾਵਾ ਸਾਡੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਅਬੋਹਰ ਹੈ, ਬਠਿੰਡਾ ਹੈ, ਗੁਰਦਾਸਪੁਰ ਹੈ, ਇਸ ਤਰ੍ਹਾਂ ਪਟਿਆਲੇ ਦੇ ਵਿੱਚ ਬਹਾਦਰਗੜ੍ਹ ਸਾਡੀ ਨਰਸਰੀ ਹੈ ਜੀ, ਸੇ ਲੁਧਿਆਣੇ ਦੇ ਵਿੱਚ ਜੱਲੋਵਾਲ ਹੈ, ਉੱਥੇ ਸਾਡੀ ਨਰਸਰੀ ਹੈ, ਇਸੇ ਤਰ੍ਹਾਂ ਹੀ ਸਾਡਾ ਲੁਧਿਆਣੇ ਦੇ ਨਾਲ ਹੀ ਸਟੇਸ਼ਨ ਹੈ ਜਿਹੜਾ ਲਾਡੋਵਾਲ ਹੈ, ਉੱਥੇ ਅਸੀਂ ਬੂਟੇ ਤਿਆਰ ਹੁੰਦੇ ਹਾਂ। ਸੋ ਇਹ ਨਰਸਰੀਆਂ ਦੇ ਵਿੱਚ ਅਸੀਂ ਆਪ ਬੂਟੇ ਬਣਾਉਂਦੇ ਹਾਂ ਔਰ ਆਪ ਅਸੀਂ ਬੂਟੇ ਜ਼ਿਮੀਂਦਾਰਾਂ ਨੂੰ ਦਿੰਦੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਡਿਪਾਰਟਮੈਂਟ ਹਾਰਟੀਕਲਚਰ ਪੰਜਾਬ ਹੈ ਉਹਨਾਂ ਦੀਆਂ ਵੀ ਵੱਖ ਵੱਖ ਜ਼ਿਲ੍ਹੇ ਦੇ ਵਿੱਚ ਨਰਸਰੀਆਂ ਹਨ, ਉਹ ਵੀ ਬੂਟੇ ਬਣਾਉਂਦੇ ਹਨ। ਸੋ ਮੇਰਾ ਭਾਵ ਇਹ ਹੈ ਵੀ ਜੇ ਤਾਂ ਅਸੀਂ ਇਹਨਾਂ ਨਰਸਰੀਆਂ 'ਚੋਂ ਬੂਟੇ ਲੈਂਦੇ ਹਾਂ ਤਾਂ ਫਿਰ ਸਾਨੂੰ ਸ਼ੋਰ ਆ, ਸਾਨੂੰ ਗਰੰਟੀ ਆ ਵੀ ਸਾਨੂੰ ਬੂਟਾ ਅੱਛਾ ਮਿਲ ਰਿਹਾ ਹੈ। ਹੁਣ ਮੰਨ ਲਓ ਵੀ ਜੇ ਅਸੀਂ ਪ੍ਰਾਈਵੇਟ ਨਰਸਰੀ 'ਚੋਂ ਬੂਟਾ ਲੈਣ ਚਲੇ ਜਾਂਦੇ ਹਾਂ ਜੀ, ਹੁਣ ਪ੍ਰਾਈਵੇਟ ਨਰਸਰੀ ਵਾਲਿਆਂ ਨੇ ਤਾਂ ਆਪ ਬੂਟੇ ਨਹੀਂ ਬਣਾਉਂਦਾ, ਕਿਉਂਕਿ ਫਲਦਾਰ ਬੂਟੇ ਜਿਹੜੇ ਬਣਾਉਣੇ ਆ ਨਾ ਉਹਨਾਂ ਨਾਲ ਬੜਾ ਲੰਮਾ ਟਾਈਮ ਹੁੰਦਾ। ਸਭ ਤੋਂ ਪਹਿਲੇ ਤਾਂ ਇਹ ਆ ਵੀ ਅਸੀਂ ਉਹਨਾਂ ਨੂੰ
ਰੂਟ ਸਟੋਕ ਬੀਜੀਦਾ ਜਿਹਨੂੰ ਜੜ੍ਹ ਮੁੰਡ ਅਸੀਂ ਦੱਸਦੇ ਹਾਂ, ਉਹ ਸਾਲ ਦੇ ਵਿੱਚ ਤਾਂ ਉਹ ਜੜ੍ਹ ਮੁੰਡੀ ਤਿਆਰ ਹੁੰਦਾ, ਫਿਰ ਉਹਦੇ 'ਤੇ ਪਿਉਂਦ ਚਾੜੀ ਜਾਂਦੀ ਹੈ, ਉਹ ਸਾਲ ਉਹ ਟਾਈਮ ਲੈ ਲੈਂਦੀ, ਯਾਨੀ ਤਾਂ 2 ਸਾਲ ਦਾ ਟਾਈਮ ਲੱਗ ਜਾਂਦਾ ਬੂਟੇ ਬਣਾਉਣ 'ਚ। ਔਰ ਇਹ ਜਿਹੜੀਆਂ ਪ੍ਰਾਈਵੇਟ ਨਰਸਰੀਜ਼ ਆ ਜਿਹੜੀਆਂ, ਇਹ ਆਪ ਨਹੀਂ ਬੂਟੇ ਬਣਾਉਂਦੀਆਂ, ਇਹ ਬਣੇ ਬਣਾਏ ਬੂਟੇ ਬਾਹਰੋਂ ਰਾਜਿਆਂ ਤੋਂ ਜਿਹੜੇ ਲਿਆ ਤੇ ਉਹ ਵੇਚ ਦਿੰਦੀਆਂ। ਹੁਣ ਜਿਹੜੇ ਜਦੋਂ ਇਹਨਾਂ ਨੇ ਬਾਹਰੋਂ ਬੂਟੇ ਲਿਆਉਣੇ ਆ, ਅਤੇ ਇਹਨਾਂ ਨੂੰ ਵੀ ਨਹੀਂ ਪਤਾ ਵੀ ਉਹ ਵਰਾਇਟੀ ਦਾ ਅਤੇ ਇਸ ਵਰਾਇਟੀ ਦਾ ਬੂਟਾ ਹੈ। ਬਿਲਕੁਲ। ਹੁਣ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਜੇ ਤੂੰ ਮੇਰੇ ਪਾਸ ਇੱਥੇ ਯੂਨੀਵਰਸਿਟੀ ਦੇ ਵਿੱਚ ਬੂਟੇ ਲੈਣ ਆਉਂਦਾ, ਤੂੰ ਦੁਸ਼ਹਿਰੀ ਅੰਬ ਦਾ ਬੂਟਾ ਪੁੱਛਦਾ, ਜੇ ਮੇਰੇ ਪਾਸ ਦੁਸ਼ਹਿਰੀ ਅੰਬ ਦਾ ਬੂਟਾ ਹੈ ਤਾਂ ਮੈਂ ਉਹਨੂੰ ਦੇ ਦਿੰਦਾ, ਜੇ ਨਹੀਂ ਹੈ ਤਾਂ ਮੈਂ ਉਹਨੂੰ ਕਹਿ ਦਿੰਦਾ ਵੀ ਹਜੇ ਤਿਆਰ ਨਹੀਂ ਆ, ਵੀ ਤੁਸੀਂ ਜਾਂ ਮੇਰੇ ਪਾਸ ਦੁਸ਼ਹਿਰੀ ਨਹੀਂ ਅਮਰਪਾਲੀ ਅੰਬ ਹੈ ਜਾਂ ਚੌਸਾ ਅੰਬ ਹੈ ਉਹ ਲੈ ਜਾਓ। ਪਰ ਜਦੋਂ ਇਹ ਜਿਮੀਦਾਰ ਜੇ ਪ੍ਰਾਈਵੇਟ ਨਰਸਰੀ ਜਾਵੇ ਤਾਂ ਉਹਨਾਂ ਨੇ ਉਹਨੂੰ ਜਵਾਬ ਨਹੀਂ ਦੇਣਾ, ਉਹਨਾਂ ਨੇ ਜਿਹੜਾ ਬੂਟਾ ਪਿਆ ਉਹਨਾਂ ਨੂੰ ਉਹੀ ਦੇ ਦੇਣਾ ਵੀ ਇਹੀ ਦੁਸ਼ਹਿਰੀ ਅੰਬ ਹੈ ਇਹ ਲੈ ਜਾਓ। ਔਰ ਪਤਾ ਉਹਨੂੰ 4 ਸਾਲ ਬਾਅਦ 5 ਸਾਲ ਬਾਅਦ ਚੱਲਣਾ ਵੀ ਇਹ ਜਿਹੜਾ ਹੈ ਇਹ ਦੁਸ਼ਹਿਰੀ ਅੰਬ ਨਹੀਂ ਸੀ, ਇਹ ਤਾਂ ਹੋਰ ਅੰਬ ਸੀ। ਬਿਲਕੁਲ। ਸੋ ਇਸ ਵਾਸਤੇ ਪਹਿਲੀ ਚੀਜ਼ ਤਾਂ ਇਹ ਆ ਵੀ ਕੋਈ ਸਾਨੂੰ ਗਰੰਟੀ ਨਹੀਂ ਹੈ ਜਦੋਂ ਅਸੀਂ ਬੂਟਾ ਉੱਥੋਂ ਲੈ, ਬਿਲਕੁਲ, ਭਾਵੇਂ ਅਸੀਂ ਰਸੀਦ ਲੈ ਵੀ ਲੈਂਦੇ ਹਾਂ ਉਹਨਾਂ ਤੋਂ ਜਿਸ ਤਰ੍ਹਾਂ, ਪਰ ਫਿਰ ਵੀ ਉਹ ਚੀਜ਼ ਬਣਨੀ ਬਣਦੀ। ਦੂਸਰਾ ਇਹ ਆ ਵੀ ਇਹ ਜਿਹੜੇ ਬੂਟੇ ਜਿਹੜੇ ਪ੍ਰਾਈਵੇਟ ਨਰਸਰੀ ਵਾਲੇ ਬੂਟੇ ਲਿਆਉਂਦੇ ਆ, ਇਹ ਬੂਟੇ ਵੀ ਬਾਹਰਲੇ ਰਾਜਾਂ ਤੋਂ ਲਿਆਉਂਦੇ, ਜਿਸ ਤਰ੍ਹਾਂ ਮੰਨ ਲਓ ਬੰਗਲੌਰ ਤੋਂ ਲੈ ਆਉਂਦੇ ਬੂਟੇ ਜਾਂ ਚੇਨਈ ਤੋਂ ਲੈ ਆਉਂਦੇ। ਹੁਣ ਉਹ ਬੂਟਾ ਆਪਣੇ ਆਬੋ ਹਵਾ ਦੇ ਵਿੱਚ ਚੱਲਦਾ ਹੈ ਜਾਂ ਨਹੀਂ ਚੱਲਦਾ ਹੈ, ਇਹ ਵੀ ਵੱਡੀ 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 ਪ੍ਰੋਬਲਮ ਹੈ। ਸੋ ਇਸ ਵਾਸਤੇ ਹਮੇਸ਼ਾ ਤਰਜੀਹ ਉਹਨੂੰ ਦੇਣੀ ਚਾਹੀਦੀ ਹੈ ਵੀ ਜਿਹੜੇ ਸਾਡੀ ਲੋਕਲ ਨਰਸਰੀਆਂ, ਜਿਹੜੇ ਸਾਡੇ ਪੰਜਾਬ ਦੀਆਂ ਨਰਸਰੀਆਂ ਦੇ ਵਿੱਚ ਬੂਟੇ ਬਣੇ ਹੋਣ, ਅਸੀਂ ਉਹ ਬੂਟੇ ਬਣਾਉਂਦੇ ਹਨ। ਦੇਖੋ ਅੰਬ ਦੀਆਂ ਬਹੁਤ ਵਰਾਇਟੀਜ਼ ਹੈ, ਅਮਰੂਦ ਦੀਆਂ ਬਹੁਤ ਹੈ, ਆੜੂ ਦੀਆਂ ਬਹੁਤ ਹੈ। ਸੋ ਅਸੀਂ ਸਿਰਫ ਉਸ ਹੀ ਵਰਾਇਟੀਜ਼ ਦੇ ਬੂਟੇ ਬਣਾਉਂਦੇ ਹਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਰਿਕਮੈਂਡਡ ਹੈ ਔਰ ਜਾਂ ਜਿਹੜੀਆਂ ਆਪਣੇ ਆਬੋ ਹਵਾ ਦੇ ਵਿੱਚ ਇੱਥੇ ਹੋ ਜਾਂਦੀਆਂ। ਬਿਲਕੁਲ। ਪਰ ਜਿਹੜੇ ਬੰਗਲੌਰ ਬੂਟੇ ਬਣਦੇ ਆ, ਚੇਨਈ ਬੂਟੇ ਬਣਦੇ ਆ, ਵੈਸਟ ਬੰਗਾਲ 'ਚ ਬੂਟੇ ਬਣਦੇ ਆ, ਲਖਨਊ ਬੂਟੇ ਬਣਦੇ ਆ, ਉਹ ਬੂਟੇ ਜ਼ਰੂਰੀ ਨਹੀਂ ਉਸ ਵਰਾਇਟੀਜ਼ ਦੇ ਹੋਣ ਜਿਹੜੇ ਬੂਟੇ ਅਸੀਂ ਇੱਥੇ ਲਾਉਣ ਦੀ ਸਿਫਾਰਿਸ਼ ਹੈ। ਸੋ ਇਸ ਵਾਸਤੇ ਬੜਾ ਸੋਚ ਸਮਝ ਕੇ ਜਦੋਂ ਬੂਟੇ ਅਸੀਂ ਲੈਣੇ ਆ, ਇਹ ਤਾਂ ਅਸੀਂ ਮਨ ਬਣਾਉਂਦੇ ਹਾਂ, ਫਿਰ ਬੜੇ ਚਾਅ ਦੇ ਨਾਲ ਬੂਟਾ ਲੈਂਦੇ ਹਾਂ, ਫਿਰ ਉਹਨੂੰ ਪਾਲਦੇ ਹਾਂ, 3-4 ਸਾਲ ਉਹਦੀ ਸੇਵਾ ਕਰਦੇ ਹਾਂ। ਸੋ ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਰਿਜ਼ਲਟ ਮਿਲਦਾ, ਜੇ ਉਹ ਸਾਨੂੰ ਰਿਜ਼ਲਟ ਅੱਛਾ ਨਾ ਮਿਲੇ ਤਾਂ ਫਿਰ ਸਾਨੂੰ ਬੜਾ ਅਫਸੋਸ ਹੁੰਦਾ। ਸੋ ਦਰਸ਼ਕੋ, ਇਸ ਚੀਜ਼ ਦਾ ਆਪਾਂ ਬਿਲਕੁਲ ਧਿਆਨ ਰੱਖਣਾ ਵੀ ਆਪਾਂ ਬੂਟੇ ਲੈ ਕਿੱਥੋਂ ਰਹੇ ਹਾਂ। ਜਿਵੇਂ ਡਾਕਟਰ ਸਾਹਿਬ ਦੱਸ ਰਹੇ ਨੇ ਵੀ ਇਸ ਚੀਜ਼ ਦੇ ਉੱਤੇ ਹੀ ਸਾਡਾ ਬਗੀਚੀ ਜਾਂ ਕਹਿ ਸਕਦੇ ਜਾਂ ਬਾਗ ਜਿਹੜਾ ਉਹ ਟਿਕਿਆ ਹੋਊਗਾ ਵੀ ਅਸੀਂ ਸਹੀ ਬੂਟਾ ਸਹੀ ਜਗ੍ਹਾ ਤੋਂ ਲਿਆ ਰਹੇ ਹਾਂ। ਸੋ ਜੇ ਅਸੀਂ ਮਾੜਾ ਬੂਟਾ ਆਪਣੇ ਬਾਗ ਦੇ ਵਿੱਚ ਲਾਤਾ, ਆਪਣੀ ਬਗੀਚੀ ਦੇ ਵਿੱਚ ਲਾ ਦਿੱਤਾ, ਤਾਂ ਉਸ ਚੀਜ਼ ਦਾ ਰਿਜ਼ਲਟ ਵੀ ਸਾਨੂੰ ਹੀ ਭੁਗਤਣਾ ਪਏਗਾ। ਸੋ ਤੁਹਾਨੂੰ ਬੇਨਤੀ ਕਰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਟੇਸ਼ਨਸ ਤੋਂ ਜਾਂ ਯੂਨੀਵਰਸਿਟੀ ਤੋਂ ਜਾਂ ਜੇ ਕਿਸੇ KVK ਤੋਂ ਬੂਟੇ ਮਿਲਦੇ ਹਨ ਤਾਂ ਉਹਨਾਂ ਸੰਸਥਾਵਾਂ ਤੋਂ ਹੀ ਬੂਟੇ ਖਰੀਦਿਆ ਕਰੋ। ਸੋ ਡਾਕਟਰ ਸਾਹਿਬ, ਇਸ ਤੋਂ ਬਾਅਦ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਵੀ ਅਸੀਂ ਜਿਹੜੀ ਬਗੀਚੀ ਕਿਵੇਂ ਲਾਉਣੀ ਹੈ। ਸੋ ਇਸ ਤੋਂ ਬਾਅਦ ਮਹੱਤਵਪੂਰਨ ਜਿਹੜੀ ਗੱਲ ਆ ਵੀ ਅਸੀਂ ਬਗੀਚੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਕਿਉਂਕਿ ਜੇ ਸਾਂਭਿਆ ਨਾ ਅਸੀਂ ਇਹ ਦੂਸਰੀ ਫਸਲ ਵਾਂਗੂ ਤਾਂ ਇਹਦੀ ਸਾਂਭ ਸੰਭਾਲ ਦਾ ਤਰੀਕਾ ਥੋੜ੍ਹਾ ਜਿਹਾ ਹੋਰ ਹੈ। ਸੋ ਸਾਂਭ ਸੰਭਾਲ ਦੇ ਨੁਕਤੇ ਜ਼ਰੂਰ ਦੱਸੋ ਜੀ, ਕੀ ਨੇ ਜੀ। ਜਦੋਂ ਅਸੀਂ ਬੂਟਾ ਲੈ ਆਉਂਦੇ ਹਾਂ ਨਰਸਰੀ ਤੋਂ, ਅਸੀਂ ਲਾ ਦਿੰਦੇ ਹਾਂ ਬੂਟਾ, ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਰੂਰੀ ਆ ਜਾਂਦਾ ਉਹ ਪੁਆਇੰਟ ਇਹ ਹੈ ਵੀ ਅਸੀਂ ਬਹੁਤੇ ਬੂਟੇ ਜਿਹੜੇ ਆ ਜਾਂ ਬਹੁਤੇ ਤੇ ਮੈਂ ਸਾਰੇ ਹੀ ਬੂਟੇ ਜੇ ਸਿਰਫ ਪਪੀਤੇ ਨੂੰ ਜਾਂ ਫਾਲਸੇ ਨੂੰ ਛੱਡ ਦਿਓ ਤਾਂ ਸਾਰੇ ਪੇਂਦ ਰਾਹੀਂ ਤਿਆਰ ਹੁੰਦੇ ਜੀ। ਸਿਰਫ ਪਪੀਤਾ ਅਤੇ ਫਾਲਸਾ ਹੈ ਜਿਹੜਾ ਬੀਜ ਤੋਂ ਤਿਆਰ ਹੁੰਦੇ ਆ, ਔਰ ਜਿਹੜੇ ਬੂਟੇ ਜਦੋਂ ਪੇਂਦ 'ਤੇ ਤਿਆਰ ਹੁੰਦੇ ਆ ਅਤੇ ਉਹਨਾਂ ਦੇ ਵਿੱਚੋਂ ਦੇਸੀ ਫਟਾਰਾ ਬੜੀ ਤੇਜ਼ੀ ਨਾਲ ਵੱਧਦਾ। ਬਿਲਕੁਲ। ਭਾਵ ਮੇਰਾ ਇਹ ਆ ਵੀ ਜਿੱਥੋਂ ਪਿਉਂਦ ਚਾੜੀ ਹੁੰਦੀ ਆ ਉਹਦੇ ਹੇਠਾਂ ਤੋਂ ਫਟਾਰਾ ਬੜੀ ਤੇਜ਼ੀ ਨਾਲ ਚੱਲਦਾ, ਔਰ ਉਹ ਫਟਾਰੇ ਨੂੰ ਜੇ ਅਸੀਂ ਟਾਈਮ 'ਤੇ ਨਹੀਂ ਤੋੜਦੇ ਤਾਂ ਉਹ ਫਟਾਰਾ ਜਿਹੜਾ ਹੈ ਅਸਲ ਬੂਟਾ ਜਿਹਦੀ ਪਿਉਂਦ ਚੜ੍ਹੀ ਹੁੰਦੀ ਉਹਨੂੰ ਮਾਰ ਦਿੰਦਾ ਔਰ ਉਹ ਬੜੀ ਤੇਜ਼ੀ ਨਾਲ ਚੱਲਦਾ। ਸਾਨੂੰ ਮੇਲਿਆਂ 'ਤੇ ਵੀ, ਸੈਮੀਨਾਰਾਂ 'ਤੇ ਵੀ, ਫੋਨ 'ਤੇ ਵੀ ਬੜੇ ਜ਼ਿਮੀਂਦਾਰਾਂ 'ਤੇ ਸਵਾਲ ਆਉਂਦੇ ਆ ਵੀ ਅਸੀਂ ਤਾਂ ਜੀ ਨਿੰਬੂ ਦਾ ਬੂਟਾ ਲਿਆ ਸੀ ਜਾਂ ਅਸੀਂ ਮਸੰਮੀ ਦਾ ਬੂਟਾ ਲਿਆ ਸੀ ਪਰ ਉਹਨੂੰ ਮਸੰਮੀਆਂ ਨਹੀਂ ਲੱਗਦੀਆਂ ਜੀ, ਉਹਨੂੰ ਤਾਂ ਹੋਰ ਹੀ ਤਰ੍ਹਾਂ ਦਾ ਫਲ ਆਈ ਗਿਆ। ਸੋ ਉਹਦਾ ਉਹ ਰਿਜ਼ਲਟ ਇਹ ਹੁੰਦਾ ਵੀ ਥੱਲਿਓਂ ਜਿਹੜਾ ਹੈ ਉਹ ਦੇਸੀ ਫਟਾਰਾ ਚੱਲ ਪਿਆ ਹੁੰਦਾ ਔਰ ਉਹ ਦੇਸੀ ਫਟਾਰਾ ਚੱਲਣ ਦੇ ਨਾਲ ਅਸੀਂ ਉਹ ਜਿਹੜਾ ਹੈ ਅਸਲ ਨੂੰ ਦੱਬ ਦਿੰਦਾ। ਸੋ ਪਹਿਲਾਂ ਤਾਂ ਫਟਾਰਾ ਟਾਈਮ 'ਤੇ ਤੋੜਨਾ ਬੜਾ ਜ਼ਰੂਰੀ ਹੈ ਔਰ ਇਹ ਪਹਿਲੇ 6 ਮਹੀਨੇ ਹੀ ਫਟਾਰਾ ਤੇਜ਼ੀ ਨਾਲ ਵੱਧਦਾ, ਉਦੋਂ ਬਾਅਦ ਉਹ ਫਟਾਰਾ ਨਹੀਂ ਵੱਧਦਾ। ਇਸੇ ਤਰ੍ਹਾਂ ਹੀ ਜੇ ਬੂਟਾ ਤੋਂ ਟੇਢਾ ਜਾ ਰਿਹਾ ਹੈ ਤਾਂ ਉਹਨੂੰ ਸੋਟੀ ਲਾ ਕੇ ਉਹਨੂੰ ਸਿੱਧਾ ਰੱਖਣਾ ਬੜਾ ਜ਼ਰੂਰੀ ਹੈ, ਸੇਬੇ ਦੇ ਨਾਲ ਢਿੱਲਾ ਜਿਹਾ ਬੰਨ੍ਹ ਦਿਓ ਤਾਂ ਕਿ ਉਹ ਬੂਟਾ ਸਿੱਧਾ ਰਹੇ। ਫਿਰ ਇਹ ਆ ਬਰਸਾਤ ਦਾ ਮੌਸਮ ਹੈ, ਜ਼ਿਆਦਾ ਬਾਰਿਸ਼ ਹੋ ਜਾਏ ਪਾਣੀ ਵੀ ਜਮ੍ਹਾਂ ਹੋ ਜਾਂਦਾ ਦੌਰਾਂ 'ਚ, ਸੋ ਉਹ ਜਿਹੜਾ ਹੈ ਪਾਣੀ ਦੀ ਨਿਕਾਸੀ ਬੜੀ ਜ਼ਰੂਰੀ ਹੈ। ਹੁਣ ਮਈ ਜੂਨ ਦਾ ਮਹੀਨਾ ਆ, ਬਾਰਿਸ਼ਾਂ ਨਹੀਂ ਆ ਪੈ ਰਹੀਆਂ, ਸਾਨੂੰ ਟਾਈਮ ਟਾਈਮ 'ਤੇ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਨਹੀਂ ਦਿਆਂ ਤਾਂ ਪਾਣੀ 'ਤੇ ਬੂਟਿਆਂ ਦਾ ਵਾਧਾ ਨਹੀਂ ਹੋਊਗਾ, ਮਰ ਵੀ ਜਾਂਦਾ ਜੇ ਲੰਮੇ ਸਮੇਂ ਬਾਅਦ ਪਾਣੀ ਦਿਓ। ਇਸੇ ਤਰ੍ਹਾਂ ਹੀ ਜਿਹੜੇ ਉਹਨਾਂ ਨੂੰ ਢੇਰ ਪਾਉਣਾ ਹੈ, ਫਰਟੀਲਾਈਜ਼ਰ ਪਾਉਣਾ ਹੈ, ਉਹ ਬੜਾ ਜ਼ਰੂਰੀ ਹੈ। ਫਿਰ ਜਦੋਂ ਨਵਾਂ ਫਟਾਰਾ ਆਉਂਦਾ, ਸੁੰਡੀ ਹੈ, ਤੇਲਾ
ਸੋ ਇਸ ਤਰ੍ਹਾਂ ਦੀਆਂ ਵਾਈਟ ਫਲਾਈ ਹੈ ਚਿੱਟੀ, ਸੋ ਇਹਨਾਂ ਤੋਂ ਬਚਾਅ ਜਿਹੜਾ ਹੈ ਉਹ ਟਾਈਮ ਟਾਈਮ 'ਤੇ ਬੜਾ ਜ਼ਰੂਰੀ ਹੈ ਸਾਰਾ। ਸੋ ਇਹ ਜਿਹੜੇ ਹੈ ਪਲਾਂਟ ਪ੍ਰੋਟੈਕਸ਼ਨ ਮੇਜਰਸ ਜਿਹੜੇ ਹੈ ਅਸੀਂ ਲੈਣੇ ਆ ਟਾਈਮ ਟਾਈਮ 'ਤੇ, ਤਾਂ ਹੀ ਬੂਟਾ ਤੰਦਰੁਸਤ ਰਹੂਗਾ, ਨਹੀਂ ਤਾਂ ਬੂਟਾ ਫਿਰ ਜਿਹੜਾ ਹੈ ਉਹ ਅੱਛਾ ਨਹੀਂ ਵੱਧਦਾ। ਸੋ ਕਿਸਾਨ ਵੀਰੋ, ਇਹ ਸਨ ਸਾਡੇ ਨਾਲ ਡਾਕਟਰ ਹਰਮਿੰਦਰ ਸਿੰਘ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ। ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਗੀਚੀ ਬਾਰੇ ਜਾਣਕਾਰੀ ਦਿੱਤੀ ਹੈ। ਬਗੀਚੀ ਸੰਬੰਧੀ ਜਿਹੜੀਆਂ ਮਹੱਤਵਪੂਰਨ ਗੱਲਾਂ ਨੇ, ਅਸੀਂ ਫਲਦਾਰ ਬੂਟਿਆਂ ਨੂੰ ਲਾਉਣਾ ਕਿਵੇਂ ਹੈ, ਕਦੋਂ ਹੈ, ਅਤੇ ਉਹਨਾਂ ਦੀਆਂ ਜਿਹੜੀਆਂ ਜ਼ਰੂਰੀ ਪੱਖ ਨੇ ਧਿਆਨ ਵਿੱਚ ਰੱਖਣੇ ਨੇ, ਅਤੇ ਉਹਨਾਂ ਦੀ ਸਾਂਭ ਸੰਭਾਲ ਅਸੀਂ ਕਿਸ ਤਰੀਕੇ ਨਾਲ ਕਰ ਰਹੇ ਹਾਂ, ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸਿਆ। ਆਸ ਕਰਦੇ ਹਾਂ ਡਾਕਟਰ ਸਾਹਿਬ ਦੁਆਰਾ ਦਿੱਤੀ ਹੋਈ ਜਾਣਕਾਰੀ ਬਿਲਕੁਲ ਲਾਹੇਵੰਦ ਹੋਏਗੀ ਤੁਹਾਡੇ ਲਈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਵਿੱਚ ਆਉਣ ਲਈ। ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।